ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਦਾ ਨਾਮ ਅਰਵਿੰਦ ਸਿੰਘ ਹੈ, ਇਹ ਦਾਸ ਦੀ ਕੁੜੀ ਹੈ ਇੰਦਰਜੀਤ ਕੌਰ। ਇਹਨੂੰ 1.5 ਸਾਲ ਹੋ ਗਏ, ਇਹਨੇ 18 ਅਕਤੂਬਰ ਨੂੰ 2 ਸਾਲ ਦਾ ਹੋ ਜਾਣਾ। ਸੋ ਇਹਨੂੰ ਦੌਰੇ ਪੈਂਦੇ ਜੀ ਸਾਧ ਸੰਗਤ ਜੀ, ਖਾਲਸਾ ਦਰਬਾਰ ਜੀ, ਅਤੇ ਸਾਨੂੰ ਹੈਲਪ ਦੀ ਲੋੜ ਸੀ। ਇਹਦਾ ਟ੍ਰੀਟਮੈਂਟ ਚੱਲਦਾ ਹੋਸਪਿਟਲ PGI ਤੋਂ। ਇਹਦੇ ਹਰੇਕ ਮਹੀਨੇ 2000-2500 ਰੁਪਏ ਦਵਾਈ ਆ ਜਾਂਦੀ ਜੀ, ਅਤੇ ਦਾਸ ਗੁਰਦੁਆਰ 'ਚ ਸੇਵਾ ਕਰਦਾ। ਗੁਰਦੁਆਰ ਦੇ ਵਿੱਚ ਦਾਸ ਜੀ ਸੈਲਰੀ ਜਿਹੜੀ ਸੇਵਾ ਹੈ ਉਹ 7000 ਰੁਪਏ ਹੈ। 7000 ਰੁਪਏ ਦੇ ਵਿੱਚ ਹੀ ਰਾਸ਼ਨ ਲੈਣਾ ਪੈਂਦਾ, 7000 ਰੁਪਏ ਦੇ ਵਿੱਚ ਹੀ ਦਵਾਈ ਲਗਾਉਣੀ ਪੈਂਦੀ। ਇਸ ਕਰਕੇ ਦਾਸ ਦਾ ਗੁਜ਼ਾਰਾ ਮਾਸਾ ਚੱਲਦਾ ਹੈ। ਇਸ ਕਰਕੇ ਬੇਨਤੀ ਕਰਦਾ ਤਾਂ ਦਾਸ ਕਿ ਡਾਕਟਰ ਨੇ ਕਿਹਾ ਦਵਾਈ ਦਾ ਨਾਂਗਾ ਨਹੀਂ ਪਾਉਣਾ ਚਾਹੀਦਾ। ਦਵਾਈ 1.5 ਸਾਲ ਹੋ ਗਏ ਅਤੇ ਚੱਲਦੀ ਹੈ, ਅਤੇ ਹਜੇ ਡਾਕਟਰ ਨੇ 2-3 ਸਾਲ ਹੋਰ ਦੱਸੇ ਦਵਾਈ ਦੇ। ਸੋ ਦਾਸ ਦੀ ਬੇਨਤੀ ਹੈ ਕਿ ਦਵਾਈ ਦੀ ਸਾਡੇ ਹੈਲਪ ਕੀਤੀ ਜਾਵੇ। ਦਾਸ ਖਾਲਸਾ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।